ਸਾਡੇ ਕੋਲ ਜੀ ਅਨਨੈਚੁਰਲ ਜਿਹੜੇ ਹੈਗੇ ਨੇਗੇ ਟੋਟਲ ਪੇਸ਼ੈਂਟ ਪਹੁੰਚੇ ਨੇਗੇ, 31 ਮਰੀਜ਼ ਸਾਡੇ ਕੋਲ ਦਾਖਲ ਹੋਏ ਨੇਗੇ, ਉਹਨਾਂ ਦੇ ਵਿੱਚੋਂ ਜਿਹੜੇ 13 ਮਰੀਜ਼ ਨੇ ਉਹਨਾਂ ਦੀ ਹੈਗਾ ਡੈਥ ਹੋ ਚੁੱਕੀ ਹੈਗੀ, ਜਿਹੜੇ 18 ਮਰੀਜ਼ ਬੱਚੇ ਨੇ ਬਾਕੀ ਉਹਨਾਂ ਦੇ ਵਿੱਚੋਂ 16 ਮਰੀਜ਼ ਨੇ ਜਿਹੜੇ ਉਹ ਸਾਡੇ ਕੋਲ ਦਾਖਲ ਨੇਗੇ। ਜੇਕਰ ਉਹਨਾਂ ਦੀ ਡਿਵੀਜ਼ਨ ਕੀਤੀ ਜਾਵੇ 16 ਦੇ ਵਿੱਚੋਂ ਜਿਹੜੇ 7 ਮਰੀਜ਼ ਨੇ ਉਹ ਸਾਡੇ ਕੋਲ ਸਿਵਲ ਹੋਸਪਿਟਲ ਸੰਗਰੂਰ ਦਾਖਲਾ ਹਨ, ਅਤੇ ਬਾਕੀ ਨੂੰ ਅਸੀਂ ਨੇ ਜਿਹੜੇ 9 ਮਰੀਜ਼ ਨੇਗੇ ਉਹ ਰਜਿੰਦਰਾ ਹੋਸਪਿਟਲ ਪਟਿਆਲਾ ਵਿਖੇ ਉਹਨੂੰ ਰੈਫਰ ਕਰ ਦਿੱਤਾ ਗਿਆ ਹੈਗਾ। ਜਿਹੜੇ 2 ਮਰੀਜ਼ ਬਾਕੀ ਬੱਚੇ ਨੇਗੇ ਉਹਨਾਂ ਦੇ ਵਿੱਚੋਂ ਜਿਹੜਾ 1 ਮਰੀਜ਼ ਸੀ ਉਹ ਸਿਵਲ ਹੋਸਪਿਟਲ ਸੰਗਰੂਰ ਦੇ ਵਿੱਚੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਟ੍ਰੀਟਮੈਂਟ ਕਰਵਾਈ ਚਲਾ ਗਿਆ, ਅਤੇ 1 ਮਰੀਜ਼ ਹੈ ਜਿਹੜਾ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚੋਂ ਜਦੋਂ ਉਹਦੇ ਬੇਟੇ ਦੀ ਡੈਥ ਹੋ ਗਈ ਅਤੇ ਉਹ ਵੀ ਜਿਹੜਾ ਰਜਿੰਦਰਾ ਹਸਪਤਾਲ ਨੂੰ ਛੱਡ ਕੇ ਚਲਾ ਗਿਆ ਹੈਗਾ। ਸੁਨਾਮ ਦੇ ਵਿੱਚੋਂ ਜੀ ਤਕਰੀਬਨ 7 ਪੇਸ਼ੈਂਟ ਸੀਗੇ ਉਹ ਰੈਫਰ ਹੋ ਕੇ ਸਾਡੇ ਕੋਲ ਇੱਥੇ ਆਏ ਸਨ, ਜਿਨ੍ਹਾਂ ਦਾ ਜਿਹੜਾ ਇਲਾਜ ਹੈਗਾ ਉਹ ਫਰੀ ਜਿਹੜਾ ਸਾਡਾ ਇੱਥੇ ਹਸਪਤਾਲ ਚੱਲ ਰਿਹਾ ਹੈਗਾ, ਅਤੇ ਜਿਹੜੀ ਨੂੰ ਕੋਈ ਰੈਫਰ ਕਰਨਾ ਸੀਗਾ ਉਹ ਅਸੀਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈਗਾ। ਡਾਕਟਰ ਸਾਹਿਬ ਹੁਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ? ਹਾਂ ਹੁਣ ਤੱਕ ਜੀ 13 ਡੈਥ ਹੋ ਚੁੱਕੀ ਸਾਡੇ ਕੋਲ ਜੋ ਰਿਪੋਰਟ ਹਨ ਸਾਡੇ। ਜੇਕਰ ਆਪਾਂ ਨਾਮ ਦੀ ਗੱਲ ਕਰੀਏ, ਨੰਬਰ 1 ਤੇ ਆਉਂਦਾ ਨਿਰਮਲ ਸਿੰਘ ਸਨ ਆਫ ਜੋਰਾ ਸਿੰਘ ਪਿੰਡ ਗੁਜਰਾਂ, ਨੰਬਰ 2 ਜਗਜੀਤ ਸਿੰਘ ਸਨ ਆਫ ਜੋਗਾ ਸਿੰਘ ਪਿੰਡ ਗੁਜਰਾਂ, ਨੰਬਰ 3 ਪ੍ਰਗਟ ਸਿੰਘ ਸਨ ਆਫ ਜੋਰਾ ਸਿੰਘ ਪਿੰਡ ਗੁਜਰਾਂ, ਨੰਬਰ 4 ਭੋਲਾ ਸਿੰਘ ਸਨ ਆਫ ਬੰਤ ਸਿੰਘ ਪਿੰਡ ਗੁਜਰਾਂ, ਨੰਬਰ 5 ਲਾਡੀ ਸਿੰਘ ਸਨ ਆਫ ਜਗਰੂਪ ਸਿੰਘ ਪਿੰਡ ਗੁਜਰਾਂ, ਨੰਬਰ 6 ਕੁਲਦੀਪ ਸਿੰਘ ਸਨ ਆਫ ਗੁਰਜਨ ਸਿੰਘ ਪਿੰਡ ਢੰਡੋਲੀ ਖੁਰਦ, ਨੰਬਰ 7 ਜਰਨੈਲ ਸਿੰਘ ਸਨ ਆਫ ਮਹਿੰਦਰ ਸਿੰਘ ਪਿੰਡ ਗੁਜਰਾਂ, ਨੰਬਰ 8 ਕਿਰਪਾਲ ਸਿੰਘ ਸਨ ਆਫ ਮੋਹਨ ਸਿੰਘ ਪਿੰਡ ਢੰਡੋਲੀ ਖੁਰਦ, ਨੰਬਰ 9 ਗੁਰਸੇਵਕ ਸਿੰਘ ਸਨ ਆਫ ਗੁਰਦਿਆਲ ਸਿੰਘ ਗੁਜਰਾਂ, ਨੰਬਰ 10 ਗਿਆਨ ਸਿੰਘ ਸਨ ਆਫ ਗੁਰਮੀਤ ਸਿੰਘ ਪਿੰਡ ਜਖੇਪਲ, ਨੰਬਰ 11 ਲੱਛਾ ਸਿੰਘ ਸਨ ਆਫ ਲੀਲਾ ਸਿੰਘ ਲਹਿਲ ਕਲਾਂ ਜਿਹੜਾ ਕਿ ਹੁਣ ਰਵਿਦਾਸਪੁਰਾ ਟਿੱਬੀ ਦਾ ਵਸਨੀਕ ਸੀਗਾ, ਨੰਬਰ 12 ਬੁੱਧ ਸਿੰਘ ਸਨ ਆਫ ਕਾਕਾ ਸਿੰਘ ਇਹ ਟਿੱਬੀ ਸੀਗਾ। ਅਤੇ ਫਿਰ ਪੇਸ਼ੈਂਟ ਹੋਰ ਸੀਗੀ ਉਹ ਸੀਗਾ ਜ਼ਿਆਦਾ ਉਹਦਾ ਨਾਮ ਮੈਨੂੰ ਐਗਜੈਕਟ ਪਤਾ ਨਹੀਂ, ਉਹ ਮੈਂ ਤੁਹਾਨੂੰ ਦੱਸਦਾ ਇੱਕ ਹੋਰ ਗੱਲ। ਸਾਨੂੰ ਹੁਣੇ ਹੁਣੇ ਸੁਨਾਮ ਤੋਂ ਰਿਪੋਰਟ ਮਿਲੀ ਹੈਗੀ ਇੱਕ ਦਰਸ਼ਨ ਸਿੰਘ ਸਨ ਆਫ ਭੀਮ ਸਿੰਘ ਜੋ ਕਿ ਟਿੱਬੀ ਪਿੰਡ ਦਾ ਰਹਿਣ ਵਾਲਾ ਸੀਗਾ ਉਹਦੀ ਵੀ ਜਿਹੜੀ ਹੈਗੀ ਮੌਤ ਹੋ ਚੁੱਕੀ ਹੈ। ਡਾਕਟਰ ਸੰਜੇ ਕਾਮਰਾ ਸੀਨੀਅਰ ਮੈਡੀਕਲ ਆਫੀਸਰ ਐਸ ਡੀ ਐਚ ਸੁਨਾਮ। ਸਰ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਕੇ ਅੱਜ ਕਿੰਨੇ ਜਿਹੜੇ ਹੈਗੇ ਨੇ ਮਰੀਜ਼ ਆਏ ਸੀ ਅਤੇ ਕਿੰਨੇ ਦੀ ਮੌਤ? ਹਾਂਜੀ ਦੋ ਦੀ ਡੈਥ ਹੋਈ ਸੀ, ਤੀਸਰੀ ਹੁਣ ਹੋਰ ਪਤਾ ਲੱਗਿਆ ਡੈਥ ਹੋਈ ਹੈ, ਅਤੇ 10 ਜਿਹੜੇ ਹੈ ਵੈਸੇ ਪੇਸ਼ੈਂਟ ਆਏ ਸੀਗੇ ਉਹ ਰੈਫਰ ਹੋਏ ਨੇ ਸਿਵਲ ਹਸਪਤਾਲ ਸੰਗਰੂਰ ਜੀ, ਅਤੇ ਉਹਦੇ 'ਚੋਂ 1 ਦੀ ਡੈਥ ਹੋਈ ਹੈ, 2 ਪਹਿਲਾਂ ਡੈਥ ਹੋਈ ਹੈ, ਟੋਟਲ 3 ਡੈਥਸ ਹੋਈਆਂ। ਹਾਂਜੀ ਨਾਲ ਦੇ ਅਲੱਗ ਅਲੱਗ ਥਾਵਾਂ ਤੋਂ ਨੇ, ਪਿੰਡ ਟਿੱਬੀ ਤੋਂ ਇੱਕ ਤਾਂ, ਅਤੇ ਦੂਸਰਾ ਲਹਿਲ ਕਲਾਂ ਦਾ, ਇੱਕ ਜਖੇਪਲ ਦਾ। ਸਰ ਕੀ ਸਿੰਪਟਮ ਕੀ ਪਾਏ ਗਏ ਸੀ? ਜਿਸ ਤਰ੍ਹਾਂ ਡਾਕਟਰਸ ਦੱਸ ਰਹੇ ਨੇ ਵੀ ਬਲਰਿੰਗ ਆਫ ਵਿਜ਼ਨ ਸੀ, ਅੱਖਾਂ ਦਾ ਜਿਵੇਂ ਧੁੰਦਲਾ ਹੋ ਜਾਂਦੀ ਆ, ਅਤੇ ਚੱਕਰ ਸੀਗੇ, ਪੇਟ ਦਰਦ ਸੀ, ਇਸ ਤਰ੍ਹਾਂ ਦੀ ਕੰਪਲੇਂਟ ਸੀਗੀਆਂ ਜੀ। ਸਰ ਪੋਸਟਮਾਰਟਮ ਵੀ ਕੀਤਾ ਜਾ ਰਿਹਾ? ਪੋਸਟਮਾਰਟਮ 1 ਦਾ ਹੋ ਗਿਆ ਗਿਆਨ ਸਿੰਘ ਦਾ, ਅਤੇ ਬਾਕੀ 2 ਦੇ ਪੇਪਰਸ ਬਣ ਰਹੇ ਨੇ ਅਤੇ ਹੁਣੇ ਹੋ ਜਾਣਗੇ।